ਇਹ ਸਮਾਨ ਲਿਜਾਣਾ ਨਾ ਤੇ ਆਪਦਾ ਵਾਹਿਗੁਰੂ ਕਹਿ ਕੇ ਲੈ ਜਾਣਾ ਤੇ ਜੇ ਨਹੀਂ ਲਿਜਾਣਾ ਤੇ ਤਾਲੇ ਦਾ ਲਾ ਦੇਣੇ ਆ ਤੇ ਲੱਗੇ ਵੀ ਆ ਠੀਕ ਆ ਇਹ ਚੱਲਣ ਨਹੀਂ ਦੇਣੀ ਇਹ ਸ਼ਰਾਬ ਫੈਕਟਰੀ ਸਾਡੇ ਲੱਗਣੀ ਨਹੀਂ ਚਾਹੀਦੀ ਕੁਤੇ ਵੀ ਅਸੀਂ ਇੱਕ ਨਹੀਂ ਅਸੀਂ ਸਾਰੀਆਂ ਬੰਦ ਕਰਾਵਾਂਗੇ ਜੇ ਜਿਉਂਦੇ ਰਹੇ ਤਾਂ ਜੇ ਮਰ ਗਏ ਤਾਂ ਰੱਬ ਰਾਜੀ ਸਰਕਾਰ ਦੇ ਮੰਤਰੀ ਅਮਨ ਅਰੋੜਾ ਨੇ ਵੀ ਕਿਹਾ ਵੀ ਸਰਕਾਰ ਦੇ ਖਜ਼ਾਨੇ ਦੇ ਉੱਤੇ ਬੋਝ ਪਾ ਰਹੇ ਨੇ ਲੋਕ 20 ਕਰੋੜ ਰੁਪਇਆ ਅਸੀਂ ਹਰਜਾਨਾ ਭਰਤਾ ਅਸੀਂ ਬੋਝ ਥੋੜੋ ਪਾਇਆ ਹਾਂ ਉਹ ਤਾਂ ਉਹਨਾਂ ਨੇ ਆਪ ਹੀ ਵੰਡ ਮੁੰਡ ਲਏ ਹੋਣੇ ਅਸੀਂ ਤਾਂ 5 ਮਹੀਨੇ ਪਹਿਲਾਂ ਕਹਿੰਦੇ ਫੈਕਟਰੀ ਬੰਦ ਕਰ ਇਹ ਸਰਕਾਰ ਨਾ ਸਾਡੇ ਬਜ਼ੁਰਗ ਆ ਨੇ ਵੱਡੇ ਵੀ ਮੈਂ ਗਾਂ ਨੂੰ ਲਾਵਾਂ ਕੱਟਾਂ ਲਾ ਦਈਏ ਨਾ ਤੇ ਮੰਡੀ 'ਚ ਲੈ ਜਾਈਏ ਤੇ ਉਹ ਵਿਕ ਜਾਂਦੀ ਹੈ ਇਹ ਜਿੰਨੇ ਆਏ ਨਾ ਆਪ ਵਾਲੀ ਪਾਰਟੀ 'ਚੋਂ ਇਹ ਸਾਰੇ ਲਾਵੇਂ ਹੀ ਲੱਗੇ ਆ ਜਿੱਥੋਂ ਅਸੀਂ ਆਉਣੇ ਸੈਂਪਲ ਪਰ ਪਾਣੀ ਤੋਂ ਉੱਥੋਂ ਭਰਦੇ ਨਹੀਂ ਸੀ ਹੁਣ ਇਹਦੇ ਅੰਦਰ 2 ਫੈਕਟਰੀਆਂ ਹੋਰ ਚੱਲਦੀਆਂ ਉਹ ਕਿਸੇ ਨੂੰ ਪਤਾ ਹੀ ਨਹੀਂ ਵੀ ਕਿਹੜੇ ਕੈਮੀਕਲ ਬਣੀ ਜਾਂਦੇ ਆ ਇੱਥੇ ਤਾਂ ਸ਼ੇਰ ਫਿਰਦੇ ਆ ਬਿੱਲੀਆਂ ਬੁੱਲੀਆਂ ਕੋਈ ਨਹੀਂ ਗੀਆਂ ਕੁਰਬਾਨੀ ਦੇ ਦਿਆਂਗੇ ਅੱਜ ਤੋਂ ਪਹਿਲਾਂ ਮੈਂ 5 ਮਹੀਨੇ ਕੁਰਬਾਨੀ ਦੇ ਦਿੱਤੀ ਹੈ ਮੈਨੂੰ ਇੱਥੇ ਬੈਠਿਆ ਤਰੰਗ ਦਾ ਦੌਰਾ ਪਿਆ ਸੀ ਮੈਨੂੰ ਗੁਰੂ ਸਾਹਿਬ ਨੇ ਆਖਿਆ ਨਹੀਂ ਜਾਣਾ ਜਾ ਮੋੜ ਕੇ ਫਿਰ ਲਿਆਂਦਾ ਆਏ ਨੀ ਜੱਟ ਮਾਰਿਆ ਮਰਦਾ ਨਾ ਜੱਟ ਜਿਹੜਾ ਦਗਾ ਕਮਾਉਂਦੀ ਜਿੱਦਾਂ ਚਿਕਰੇ ਸਾਹ ਵਗਦੇ ਇਹਨਾਂ ਰਗਾਂ ਚੋਂ ਜਿਹਦਾ ਖਾਲਸੇ ਦਾ ਪੁੱਤ ਹੈ ਗੁਰੂ ਬਾਬੇ ਨਾਨਕ ਨੂੰ ਤੇ 10ਵੇਂ ਪਾਤਸ਼ਾਹ ਨੂੰ ਮੰਨਦਾ ਉਹ ਨਾ ਫਿਰ ਪਿੱਛਾ ਦੇਊ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਧਾਲੀਵਾਲ ਜ਼ੀਰੇ ਹਲਕੇ ਦੇ ਜ਼ੀਰੇ ਮੋਰਚੇ ਦੇ ਉੱਤੇ ਮੌਜੂਦ ਹਾਂ ਜੇ ਜ਼ੀਰੇ ਮੋਰਚੇ ਦੀ ਗੱਲ ਕਰਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਇੱਥੇ ਦੇਖੀਆਂ ਗਈਆਂ ਜਿਹੜੇ ਪਹਿਲਾਂ ਮੋਰਚੇ ਦਾ ਹਿੱਸਾ ਬਣੇ ਕੁਝ ਜਥੇਬੰਦੀਆਂ ਖਾਸ ਕਰਕੇ ਜੇ ਅਸੀਂ ਉਹਨਾਂ ਦੇ ਵਿੱਚ ਗੱਲ ਕਰੀਏ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਬਲਦੇਵ ਸਿੰਘ ਜ਼ੀਰਾ ਪਹਿਲੇ ਦਿਨਾਂ ਤੋਂ ਇੱਥੇ ਹਾਜ਼ਰ ਰਹੇ ਆ ਪਰਚੇ ਵੀ ਪਾਏ ਗਏ ਆ ਘਰੋਂ ਵੀ ਦੂਰ ਰਹੇ ਫਿਰ ਮੁੱਖ ਮੰਤਰੀ ਦੇ ਨਾਲ ਮੀਟਿੰਗ ਵੀ ਹੁੰਦੀ ਆ ਹੁਣ ਇੱਕ ਨਵੀਂ ਤਰੀਕ ਪੈਂਦੀ ਆ ਬਹੁਤ ਕੁਛ ਚੀਜ਼ਾਂ ਗੀਆਂ ਜਿਹੜੀਆਂ ਇਹਨਾਂ ਨੇ ਦੇਖੀਆਂ ਗੀਆਂ ਬਲਦੇਵ ਜੀ ਸਾਡੇ ਨਾਲ ਮੌਜੂਦ ਨੇ ਹੋਰ ਕਿਸਾਨ ਭਰਾ ਮੌਜੂਦ ਨੇ ਜਿਨ੍ਹਾਂ ਦੇ ਇੱਥੇ ਨੇੜੇ ਨੇੜੇ ਪਿੰਡ ਨੇ ਜਿਨ੍ਹਾਂ ਦੇ ਪਿੰਡਾਂ ਦਾ ਪਾਣੀ ਖਰਾਬ ਆ ਬਲਦੇਵ ਜੀ ਸਵਾਗਤ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਰਤਨ ਜੀ ਤੁਹਾਨੂੰ ਅਤੇ ਤੁਹਾਡੇ ਦਰਸ਼ਕਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਲਦੇਵ ਜੀ ਜੇ ਹੁਣ ਅੱਜ ਦੀ ਗੱਲ ਕਰਦੇ ਹਾਂ 29-30 ਤਰੀਕ ਹੋਊਗੀ 30 ਤਰੀਕ ਹੋਊਗੀ ਅੱਜ ਕਿੱਥੇ ਮੋਰਚਾ ਖੜਾ ਗਾ ਅਤੇ ਕੀ ਫੈਕਟਰੀ ਵਾਲੇ ਕਹਿ ਰਹੇ ਆ ਫੈਕਟਰੀ ਵਾਲਿਆਂ ਵੱਲੋਂ ਇੱਕ ਕਾਨਫਰੰਸ ਵੀ ਸਾਹਮਣੇ ਆਈ ਹੈ ਜਿੱਥੇ ਕਹਿੰਦੇ ਵੀ ਅਸੀਂ ਪਾਣੀ ਪੀ ਕੇ ਦਿਖਾ ਦਾਂਗੇ ਜਾਂ ਜਿਵੇਂ ਇਹਨਾਂ ਨੂੰ ਤਸੱਲੀ ਹੁੰਦੀ ਆ ਉਵੇਂ ਤਸੱਲੀ ਕਰਕੇ ਦਿਖਾ ਦਾਂਗੇ ਸਰਕਾਰ ਆਪਣਾ ਇੱਕ ਬਿਆਨ ਦੇ ਰਹੀ ਆ ਸਰਕਾਰ ਦੇ ਮੰਤਰੀ ਬਿਆਨ ਦੇ ਰਹੇ ਆ ਕੋਰਟ ਨੇ 2 ਮਹੀਨਿਆਂ ਦੀ ਤਰੀਕ ਪਾਤੀ ਕਿਵੇਂ ਦੇਖ ਰਹੇ ਹੋ ਦੇਖੋ ਜੀ ਜੇ ਤਾਂ ਮੋਰਚੇ ਦੀ ਗੱਲ ਕਰੀਏ ਮੋਰਚਾ ਚੜ੍ਹਦੀ ਕਲਾ 'ਚ ਜੀ ਮੋਰਚੇ 'ਚ ਲਗਾਤਾਰ ਗਿਣਤੀ ਸਾਡੀ ਵੱਧ ਰਹੀ ਆ ਰੋਜ਼ 7-8 ਟਰਾਲੀਆਂ ਆ ਜਾਂਦੀਆਂ ਨਵੀਆਂ ਆ ਜਾਂਦੀਆਂ ਲੱਗ ਜਾਂਦੀਆਂ ਜਿਵੇਂ ਆਪਣੇ ਦਿੱਲੀ ਜਦੋਂ ਵਧਣਾ ਸ਼ੁਰੂ ਹੋਇਆ ਲਗਾਤਾਰ ਟਰਾਲੀਆਂ ਵੱਧਦੀਆਂ ਗਈਆਂ ਉਹ ਤੇ ਲੋਕ ਵੀ ਚੜ੍ਹਦੀ ਕਲਾ 'ਚ ਆ ਦੂਸਰੀ ਗੱਲ ਜਿਹੜੀ ਆ ਫੈਕਟਰੀ ਵਾਲਿਆਂ ਦੀ ਜਿਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਵੀ ਅਸੀਂ ਪਾਣੀ ਪੀਣ ਨੂੰ ਤਿਆਰ ਹਾਂ ਅਸੀਂ ਸਾਡੇ ਨਾਲ ਡਿਬੇਟ ਕਰ ਲੈਣ ਸੋ ਸਾਡਾ ਤਾਂ ਪਹਿਲੇ ਦਿਨ ਤੋਂ ਹੀ ਰੱਖਿਆ ਹੋਇਆ ਵਾ ਵੀ ਆ ਜਾਣ ਉਹ ਅੱਜ ਵੀ ਅਸੀਂ ਕਬੂਲ ਕਰਦੇ ਹਾਂ ਉਹਨਾਂ ਦੀ ਗੱਲ ਆ ਜਾਣ ਇੱਥੇ ਪਰਿਵਾਰ ਸਮੇਤ ਹਫ਼ਤਾ ਸਾਡੇ ਕੋਲ ਰਹਿਣ ਜਿਹੜਾ ਪਾਣੀ ਇੱਥੋਂ ਨਿਕਲਦਾ ਵਾ ਉਹਨਾਂ ਦੇ ਬੋਰਾਂ 'ਚੋਂ ਨਿਕਲਦਾ ਵਾ ਉਹ ਪੀ ਲੈਣ ਜੇ ਹਫ਼ਤਾ ਉਹ ਤੰਦਰੁਸਤ ਰਹਿ ਗਏ ਤਾਂ ਅਸੀਂ ਮੰਨ ਜਾਂਗੇ ਉਹਨਾਂ ਦੀ ਗੱਲ ਵੀ ਸਾਰਾ ਕੁਛ ਠੀਕ ਆ ਤੀਸਰੀ ਗੱਲ ਜਿਹੜੀ ਸਰਕਾਰ ਦੀ ਆ ਦੇਖੋ ਸਰਕਾਰ ਅਸੀਂ ਅੱਜ ਵੀ ਕਹਿੰਦੇ ਵੀ ਨੰਗੇ ਚਿੱਟੇ ਰੂਪ ਦੇ ਵਿੱਚ ਪਹਿਲਾਂ ਨੰਗੇ ਚਿੱਟੇ ਰੂਪ 'ਚ ਖੜੀ ਸੀਗੀ ਜਦੋਂ ਸਾਡੇ ਦੇ ਇੱਥੇ ਪੁਲਿਸ ਦੀਆਂ ਧਾੜਾਂ ਚਾੜੀਆਂ ਵਾ ਪਰਚੇ ਕੀਤੇ ਆ ਲਾਠੀਚਾਰਜ ਕੀਤਾ ਸਭ ਕੁਛ ਕੀਤਾ ਅੱਜ ਉਹ ਅੰਦਰ ਖਾਤੇ ਨਾਲ ਇਹਨਾਂ ਦੇ ਹੁਣ ਜਿਹੜਾ ਕਮੇਟੀਆਂ ਬਣਾ ਕੇ ਅਸਲ ਵਿੱਚ ਅਸੀਂ ਸਮਝਦੇ ਜਿਹੜੀ ਕਮੇਟੀਆਂ ਬਣਾ ਕੇ ਹੁਣ ਕਹਿੰਦੇ ਆ ਵੀ ਜਾਂਚ ਕਰਨੀ ਹੈ ਇਹ ਤਾਂ 3-4 ਮਹੀਨੇ ਪਹਿਲਾਂ ਵੀ ਕਰ ਸਕਦੇ ਸੀਗੇ ਪਰ ਹੁਣ ਇਹ ਜਾਂਚ ਦੇ ਨਾਂ 'ਤੇ ਲੋਕਾਂ ਨੂੰ ਇਹ ਦਿਖਾਉਣਾ ਵਾ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਇੱਕ ਵੀ ਦੇਖੋ ਮੋਰਚੇ ਵਾਲੇ ਬੰਦੇ ਨਾਲ ਸੀਗੇ ਅਸੀਂ ਜਾਂਚ ਵੀ ਕਰਾਤੀ ਫਿਰ ਵੀ ਕੁਛ ਨਹੀਂ ਨਿਕਲਿਆ ਗਾ ਅਤੇ ਇਸ ਕਰਕੇ ਇਹ ਮੋਰਚਾ ਗਲਤ ਲੱਗਾ ਵਾ ਕਿਉਂਕਿ ਲੈਬਾਂ ਉਹਨਾਂ ਦੀਆਂ ਵਾ ਸਭ ਕੁਛ ਉਹਨਾਂ ਦਾ ਵਾ ਪਹਿਲਾਂ NGT ਆਈ ਉਹ ਸਾਰਾ ਕੁਛ ਕਲੀਨ ਕਰਕੇ ਸਾਫ਼ ਕਰ ਗਈ ਵੀ ਬਿਲਕੁਲ ਇੱਥੇ ਕੋਈ ਰੌਲਾ ਨਹੀਂ ਗਾ ਉਹ ਸਰਕਾਰ ਹਜੇ ਤੱਕ ਮਲਹੋਤਰੇ ਦੇ ਨਾਲ ਜੇ ਮਲਹੋਤਰੇ ਦੇ ਨਾਲ ਨਾ ਹੁੰਦੀ ਤਾਂ ਹੁਣ ਫੈਕਟਰੀ ਨੂੰ ਜਿੰਦਰਾ ਲੱਗਾ ਹੁੰਦਾ ਸੋ ਅਸੀਂ ਸਮਝਦੇ ਹਾਂ ਵੀ ਮਾਨ ਸਾਹਿਬ ਹਜੇ ਵੀ ਮਲਹੋਤਰੇ ਦੇ ਨਾਲ ਆ ਉਹ ਗੱਲ ਵੱਖਰੀ ਹੈ ਕਿ ਮਾਨ ਸਾਹਿਬ ਦੀ ਆਪਦੀ ਚੱਲਦੀ ਹੈ ਕਿ ਨਹੀਂ ਚੱਲਦੀ ਗੀ ਕਿ ਦਿੱਲੀ ਵਾਲੇ ਨਾਲ ਆ ਉਹਦੇ ਕਿਉਂਕਿ ਜਦੋਂ ਅਸੀਂ ਉੱਦਣ ਸਾਡੇ ਇੱਕ ਆਗੂ ਨੇ ਮਾਨ ਸਾਹਿਬ ਨੂੰ ਮੀਟਿੰਗ 'ਚ ਕਿਹਾ ਸੀਗਾ ਵੀ ਮਲਹੋਤਰੇ ਨਾਲ ਤੇਰੀ ਯਾਰੀ ਆ ਅਤੇ ਉਹ ਬੜਾ ਔਖਾ ਬਣਾਇਆ ਸੀ ਉਹ ਕਹਿੰਦਾ ਸਾਬਤ ਕਰੋ ਮੇਰੀ ਯਾਰੀ ਕਿੱਥੇ ਆ ਅਤੇ ਗੱਲ ਹੋਈ ਆ ਇਹ ਗੱਲ ਹੋਈ ਆ ਵੀ ਮੇਰੀ ਸਾਬਤ ਕਰੋ ਯਾਰੀ ਕਿੱਥੇ ਆ ਪਰ ਦਿੱਲੀ ਵਾਲੇ ਨਾਲ ਤਾਂ ਯਾਰੀ ਮਲਹੋਤਰੇ ਦੀ ਯਾਰੀ ਜੱਗ ਯਾਰ ਆ ਜੀ ਉਹ ਪਿੱਛੇ ਜੇ ਜਦੋਂ ED ਨੇ ਰੇਡਰ ਉੱਡਾ ਮਾਰੀਆਂ ਵਾ ਅਤੇ ਕੇਜਰੀਵਾਲ ਸਾਹਿਬ ਨੇ ਬਿਆਨ ਦਿੱਤਾ ਵਾ ਵੀ ਸਾਡੇ ਪੱਖੀ ਜਿਹੜੇ ਹੈਗੇ ਆ ਸਰਮਾਏਦਾਰ ਆ ਸਰਕਾਰ ਮੋਦੀ ਸਰਕਾਰ ਤੰਗ ਕਰ ਰਹੀ ਉਹਨਾਂ ਨੂੰ ਅਤੇ ਉਹ ਤਾਂ ਕੋਈ ਯਾਰੀ ਲੁਕੀ ਛੁਪੀ ਨਹੀਂ ਉਹਨਾਂ ਦੀ ਤਾਂ ਹੁਣ ਜਿਹੜਾ ਤੁਸੀਂ ਸਟੈਂਡ ਲੈ ਲਿਆ ਵੀ ਅਸੀਂ ਜਿੰਨਾ ਟਾਈਮ ਫੈਕਟਰੀ ਬੰਦ ਨਹੀਂ ਹੁੰਦੀ ਉਨਾ ਟਾਈਮ ਇੱਥੋਂ ਹਿੱਲਣਾ ਨਹੀਂ ਬਿਲਕੁਲ ਕੀ ਤੁਹਾਨੂੰ ਲੱਗਦਾ ਗਾ ਵੀ ਜੇ ਨਾ ਹੋਇਆ ਜਾਂ ਉਹੋ ਜਿਹਾ ਰਵੱਈਆ ਨਾ ਰਿਹਾ ਤੁਸੀਂ ਕੀ ਕਰੋਗੇ ਅਗਲਾ ਬਲੂ ਪ੍ਰਿੰਟ ਕੀ ਆ ਤੁਹਾਡਾ ਦੇਖੋ ਅਸੀਂ ਪਹਿਲੇ ਦਿਨ ਤੋਂ ਹੀ ਨਾ ਜਦੋਂ ਇੱਥੋਂ ਉਹ ਮਸਲਾ ਆਇਆ ਸੀਗਾ ਮਹੀਂ ਵਾਲਾ ਕਲਾਂ ਪਿੰਡ ਦੇ ਵਿੱਚੋਂ ਪਾਣੀ ਮਾੜਾ ਨਿਕਲਿਆ ਵਾ ਹਾਂ ਕਿਉਂਕਿ ਨਿੱਕੇ ਨਿੱਕੇ ਧਰਨੇ ਇੱਥੇ ਪਹਿਲਾਂ ਹੀ ਬਹੁਤ ਲੱਗਦੇ ਰਹੇ ਆ
ਠੀਕ ਹੈ, ਪਰ ਇਹਨਾਂ ਨੇ ਕਿਸੇ ਨੂੰ ਗੋਲਿਆ ਨਹੀਂ, ਇੱਕ ਲੋਕਾਂ ਨੇ ਸਾਥ ਵੀ ਨਹੀਂ ਦਿੱਤਾ ਪਹਿਲਾਂ। ਅੱਛਾ, ਪਰ ਜਦੋਂ ਸਮਾਜ ਤੋਂ ਪਾਣੀ ਨਿਕਲਿਆ ਫਿਰ ਇਲਾਕੇ 'ਚ ਜਿਵੇਂ ਦਹਿਸ਼ਤ ਦਾ ਮਾਹੌਲ ਗਿਆ, ਉਸ ਤੋਂ ਬਾਅਦ ਆਂਢ ਗੁਆਂਢ ਦੇ ਪਿੰਡਾਂ ਨੇ ਅਤੇ ਜਥੇਬੰਦੀਆਂ ਜਿੰਨੀਆਂ ਕੁ ਮੌਜੂਦ ਸੀ ਇੱਥੇ, ਸਾਰਿਆਂ ਨੇ ਇਹ ਗੱਲ ਕਹੀ ਵੀ ਹੁਣ ਅਸੀਂ ਇੱਕੋ ਕੰਮ ਕਰਨਾ ਵਾ, ਫੈਕਟਰੀ ਬੰਦ ਤੋਂ ਉਰੇ ਗੱਲ ਨਹੀਂ ਖੜਨੀ। ਗੁਰਦੁਆਰੇ ਗਏ, ਸਹੁੰ ਖਾਧੀ, ਅਰਦਾਸ ਕਰਾਈ, ਅਤੇ ਅੱਜ ਵੀ ਚੰਗੀ ਗੱਲ ਇਹ ਆ ਵੀ ਪੂਰੇ ਦਾ ਪੂਰਾ ਇਲਾਕਾ ਇਸ ਗੱਲ 'ਤੇ ਖੜਾ ਵਾ ਵੀ ਆਪਾਂ ਫੈਕਟਰੀ ਬੰਦ ਕਰਾਉਣ ਤੋਂ ਸਾਡੀ ਕੋਈ ਸਮਝੌਤਾ ਨਹੀਂ, ਭਲਾ ਇਸ ਵਾਸਤੇ ਕੋਈ ਕੁਰਬਾਨੀ ਕਰਨੀ ਪੈ ਜੇ, ਕੁਛ ਕਰਨਾ ਪੈ ਜੇ, ਫੈਕਟਰੀ ਹਰ ਹਾਲਤ ਬੰਦ ਕਰਾ ਕੇ ਉੱਠਣਾ ਵਾ। ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਆ ਵੀ ਜਿਹੜੇ ਸੈਂਪਲ ਆ, ਸੈਂਪਲਿੰਗ ਸਹੀ ਹੋਈ ਆ, ਸਾਰਾ ਕੁਛ ਸਹੀ ਹੋਇਆ, ਵੈਸੇ ਹੀ ਵਿਵਾਦ ਖੜਾ ਹੋ ਰਿਹਾ ਹੈਗਾ, ਉਹਨਾਂ ਨੂੰ ਕੀ ਜਵਾਬ ਦਊਂਗੇ? ਨਹੀਂ ਦੇਖੋ, ਪਹਿਲਾਂ ਵਾਲੇ ਸੈਂਪਲ ਤਾਂ ਚਲੋ ਉਹਨਾਂ ਨੇ ਜੋ ਕਰਨਾ ਸੀ ਕਰਤਾ, ਮੈਂ ਤੁਹਾਨੂੰ ਇੱਕ ਹੁਣ ਨਿੱਕੀ ਉਦਾਹਰਨ ਦਿੰਦਾ ਵਾ, ਜਿਹੜੀਆਂ ਪਰਸੋਂ 'ਚ ਉੱਥੇ ਟੀਮਾਂ ਬਣਾਈਆਂ ਵਾ ਇਹਨਾਂ ਨੇ ਸੈਂਪਲਿੰਗ ਕਰਨ ਵਾਲੀਆਂ ਜੀ, ਉਹਦੇ 'ਚ ਜਿਹੜੀ ਹੈਲਥ ਦੀ ਟੀਮ ਬਣੀ ਆ, ਹੈਲਥ ਦੀ ਟੀਮ 1:30 ਬਣਾਉਂਦੇ ਆ, ਮੈਂ ਉੱਥੇ ਕਮੇਟੀ ਘਰ ਮੌਜੂਦ ਸੀਗਾ, 1:30 ਬਣਾਈ ਆ, ਤੇ ਸ਼ਾਮ ਨੂੰ ਮੈਨੂੰ ਫੋਨ ਆ ਜਾਂਦਾ ਵੀ ਉਹ ਕਹਿੰਦੇ ਵੀ ਅਸੀਂ ਸਾਰਾ ਕੁਛ ਓਕੇ ਕਰਤਾ, ਸਾਡੇ ਕੋਲ ਸਾਰੇ ਅੰਕੜੇ ਆ ਗਏ ਆ, ਤੇ ਅਸੀਂ ਤਾਂ ਕੰਮ ਨਵੇੜੀ ਬੈਠੇ ਹਾਂ, 2 ਘੰਟੇ ਦੋਵਾਂ ਘੰਟਿਆਂ ਦੇ ਵਿੱਚ ਰਿਪੋਰਟ, ਤੇ ਅਸੀਂ ਇਸ ਗੱਲ ਨੂੰ ਸੀਰੀਅਸ ਲਿਆ, ਤੇ ਮੈਂ ਜਿਹੜੇ ਡਾਕਟਰ ਸੰਬੰਧਿਤ ਡਾਕਟਰ ਨੂੰ ਪੁੱਛਿਆ, ਮੈਂ ਕਿਹਾ ਯਾਰ ਤੁਸੀਂ ਅੰਕੜੇ ਏਡੀ ਸੀ 2 ਘੰਟੇ 'ਚ ਕਿਵੇਂ ਲੈ ਲਏ ਜੀ? ਉਹ ਕਹਿੰਦੇ ਜੀ ਅਸੀਂ ਤਾਂ ਕਾਫੀ ਦਿਨਾਂ ਤੋਂ ਲੱਗੇ ਹੋਏ ਸੀਗੇ, ਆਸ਼ਾ ਵਰਕਰਾਂ ਦੀ ਡਿਊਟੀ ਲਾਤੀ, ਆਸ਼ਾ ਵਰਕਰਾਂ ਨੂੰ ਪੁੱਛ ਲਿਆ ਵੀ ਫਲਾਨੇ ਪਿੰਡ ਕੈਂਸਰ ਦੇ ਕਿੰਨੇ ਆ, ਦੂਜੇ ਪਿੰਡ ਕਿੰਨੇ ਆ, ਉਸ ਨੂੰ ਉਹਨਾਂ ਅੰਕੜਿਆਂ ਦੇ ਆਧਾਰ 'ਤੇ ਅਸੀਂ ਰਿਪੋਰਟ ਤਿਆਰ ਕਰਤੀ। ਹੁਣ ਜਦੋਂ ਦੇ ਅਸੀਂ ਇੱਥੇ ਬੈਠੇ ਹਾਂ, ਰਟੌਲ ਪਿੰਡ ਦੇ ਵਿੱਚ 6-7 ਬੰਦੇ ਤਾਂ ਸਾਡੇ ਬੈਠੇ ਬੈਠੇ 5-6 ਮਹੀਨੇ 'ਚ ਮਰ ਗਏ ਆ, ਆਹ ਕੱਲ੍ਹ ਪਰਸੋਂ ਗੁਆਂਢ 'ਚ ਮੁੰਡਾ ਮਰ ਗਿਆ ਸਾਡੇ, ਠੀਕ ਹੈ, ਇਹ ਹੁਣ ਕਹਿੰਦੇ ਵੀ ਸਿਰਫ ਦੋ ਮਰੀਜ਼ ਆ ਰਟੌਲਾਂ ਦੇ ਵਿੱਚ ਕੈਂਸਰ ਦੇ, ਜਦੋਂ ਕਿ 6-7 ਪਹਿਲਾਂ ਮਰ ਚੁੱਕੇ ਅਤੇ ਹਜੇ 6-7 ਹੋਰ ਪਏ, ਇਕੱਲੇ ਮਜ਼ਦੂਰਾਂ ਦੇ ਵਿਹੜੇ 'ਚ 6 ਮਰੀਜ਼ ਪਏ ਆ ਕੈਂਸਰ ਨਾਲ ਜਾਂ ਹੋਰ ਬਿਮਾਰੀਆਂ ਨਾਲ। ਉਸ ਤੋਂ ਅਗਲੀ ਗੱਲ, ਜਿਹੜੀ ਪਸ਼ੂਆਂ ਵਾਲੀ ਕਮੇਟੀ ਬਣਾਈ ਸੀਗੀ ਜੀ, ਪਸ਼ੂਆਂ ਵਾਲੀ ਕਮੇਟੀ ਨਾਲ ਗੜਵਾਸੂ ਦੇ ਜਿਹੜੇ ਡਾਕਟਰ ਆਏ ਆ, ਉਹਨਾਂ ਨੂੰ ਫੋਨ ਆਉਂਦਾ ਰਸਤੇ 'ਚ ਲੁਧਿਆਣਿਓਂ ਆ ਰਹੇ ਸੀ ਉਹ, ਬਈ ਤੁਸੀਂ ਕਿੱਥੇ ਪਹੁੰਚ ਗਏ, ਵੀ ਤੁਹਾਡੇ ਨਾਲ ਪੁਲਿਸ ਟੀਮ ਭੇਜਣੀ ਆ। ਉਹ ਆਉਂਦੇ ਜੀ ਅਸੀਂ ਤਾਂ ਕੋਈ ਸੁਰੱਖਿਆ ਮੰਗੀ ਨਹੀਂ, ਅਸੀਂ ਤਾਂ ਕੋਈ ਪੁਲਿਸ ਪ੍ਰੋਟੈਕਸ਼ਨ ਮੰਗੀ ਨਹੀਂ, ਕਹਿੰਦੇ ਨਹੀਂ ਜੀ ਸਾਡੀ ਤਾਂ ਡਿਊਟੀ, ਅਸੀਂ ਤੁਹਾਡੇ ਨਾਲ ਜਾਣਾ। ਆਹ ਨਾਲ ਦਾ ਸਾਡੇ ਪਿੰਡ ਆ ਮਸੂਰਵਾਲ, ਇੱਥੇ ਜਦੋਂ ਉਹ ਰਿਪੋਰਟਿੰਗ ਕਰਨ ਗਏ ਆ, ਅਤੇ ਹੁਣ ਜਿਹੜੇ ਪਰਿਵਾਰ ਦੇ ਵਿੱਚ ਜਾਂਦੇ ਸੀ, ਜਿਹੜੇ ਘਰ 'ਚ ਜਾਂਦੇ ਸੀ, ਉੱਥੇ ਪੂਰੀ ਧਾੜ ਪੁਲਿਸ ਦੀ ਚਲੀ ਜਾਂਦੀ ਸੀਗੀ। ਹੁਣ ਪੁਲਿਸ ਵਾਲੇ ਇਕੱਲਾ ਉਹ ਖੜ੍ਹਦੇ ਨਹੀਂ ਸੀ ਜਾ ਕੇ, ਇਹਨਾਂ ਦੀ CID ਦੂਸਰਾ ਮਹਿਕਮਾ, ਜਿਹੜਾ ਬੰਦਾ ਬਿਆਨ ਦਿੰਦਾ ਉਹਦੇ ਨਾਂ ਨੰਬਰ ਨੋਟ ਕਰਨ ਲੱਗ ਪੈਂਦੇ ਆ ਨਾਲ, ਇੱਕ ਤਰ੍ਹਾਂ ਨਾਲ ਲੋਕਾਂ ਨੂੰ ਡਰਾ ਕੇ ਵੀ ਲੋਕਾਂ ਦੀ ਜਵਾਨ ਬੰਦ ਰਹੇ, ਕੁਛ ਨਾ ਬੋਲਣ। ਸੋ ਇਹੋ ਜਿਹੀਆਂ ਕਾਰਵਾਈਆਂ ਤੁਸੀਂ ਆਪ ਹਿਸਾਬ ਲਾ ਲਓ ਵੀ ਇਹ ਕਮੇਟੀਆਂ 'ਚੋਂ ਕੀ ਨਿਕਲੂਗਾ। ਇਸ ਕਰਕੇ ਅਸੀਂ ਉਸ ਤੋਂ ਬਾਅਦ ਇਹ ਫੈਸਲਾ ਕੀਤਾ ਸੀਗਾ ਵੀ ਅਸੀਂ, ਸਾਨੂੰ ਇਹਨਾਂ ਕਮੇਟੀਆਂ 'ਤੇ ਕੋਈ ਯਕੀਨ ਨਹੀਂ ਗਾ, ਇਹ ਸਰਕਾਰ ਇੱਕ ਤਰ੍ਹਾਂ ਨਾਲ ਖਾਨਾ ਪੂਰਤੀ ਕਰ ਰਹੀ ਹੈ ਅਤੇ ਮਲਹੋਤਰੇ ਨੂੰ ਕਲੀਨ ਚਿੱਟ ਹੀ ਦਊਗੀ, ਇਹ ਤਾਂ ਸਿਰਫ ਇੱਕ ਲੋਕਾਂ ਨੂੰ ਵਿਖਾਇਆ ਜਾ ਰਿਹਾ ਅਤੇ ਧਰਨੇ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਹੀ ਆ, ਹੋਰ ਕੁਛ ਨਹੀਂ। ਜਿਵੇਂ ਹੁਣ ਪਾਣੀ ਦੀ ਗੱਲ ਆਉਂਦੀ ਆ, ਮਨੁੱਖੀ ਅਧਿਕਾਰਾਂ ਦੀ ਗੱਲ ਆਉਂਦੀ ਆ, ਦੂਜੇ ਪਾਸੇ ਅਸੀਂ ਸਰਕਾਰ ਦੀ ਜਦੋਂ ਗੱਲ ਕਰਦੇ ਹਾਂ, 92 MLA ਖਾਸ ਕਰਕੇ ਉਹ ਸਰਕਾਰ, ਜਦੋਂ ਲੋਕ ਇਹ ਕਹਿ ਰਹੇ ਸੀ ਵੀ ਅਸੀਂ ਅਕਾਲੀਆਂ ਤੋਂ ਵੀ ਦੁਖੀ ਹੋ ਗਏ, ਕਾਂਗਰਸੀਆਂ ਤੋਂ ਵੀ ਦੁਖੀ ਹੋ ਗਏ, ਜਦੋਂ ਹੁਣ ਇਹ ਸਰਕਾਰ ਇਹ ਰਵੱਈਆ ਕਰ ਰਹੀ ਹੈ, ਤੁਹਾਨੂੰ ਇਹ ਸਾਰਾ ਕੀ ਲੱਗ ਰਿਹਾ ਹੈਗਾ ਵੀ ਇਹ ਹੋ ਕੀ ਰਿਹਾ? ਦੇਖੋ ਜੀ, ਅਸੀਂ ਤਾਂ, ਸਾਨੂੰ ਤਾਂ ਪਹਿਲਾਂ ਵੀ ਕੋਈ ਭੁਲੇਖਾ ਨਹੀਂ ਸੀਗਾ, ਪਰ ਪੰਜਾਬ ਦੇ ਨੌਜਵਾਨਾਂ ਨੂੰ ਜਦੋਂ ਪਹਿਲਾਂ ਅਸੀਂ ਕਹਿੰਦੇ ਹੁੰਦੇ ਸੀਗੇ ਵੀ ਯਾਰ ਇਹਦੇ 'ਚੋਂ ਨਿਕਲਣਾ ਨੁਕਲਣਾ ਕੁਛ ਨਹੀਂਗਾ, ਤੁਸੀਂ ਇਹ ਛੱਡੋ, ਜੇ ਤੁਸੀਂ ਰਾਜੇ ਵਾਲ ਗਿਆ ਨੂੰ ਵੀ ਕੱਲ੍ਹ ਨੂੰ ਬਣਾ ਦਿਓਗੇ, ਸਾਡੇ 'ਚੋਂ ਵੀ ਕਿਸੇ ਨੂੰ ਬਣਾ ਦਿਓਗੇ, ਜਿੰਨਾ ਚਿਰ ਇਹ ਸਿਸਟਮ ਨਹੀਂ ਬਦਲਦਾ ਉਨਾ ਚਿਰ ਬੰਦੇ ਬਦਲਣਾ ਕੁਛ ਨਹੀਂ ਹੋਣਾਗਾ। ਅਸੀਂ ਵੀ ਕੱਲ੍ਹ ਨੂੰ ਰਾਜਗੱਦੀ 'ਤੇ ਬਹਿ ਜਾਂਗੇ, ਮੁੱਖ ਮੰਤਰੀ ਬਣ ਜਾਂਗੇ, ਅਸੀਂ ਵੀ ਤੁਹਾਡੇ ਵਾਸਤੇ ਬੜਾ ਕੁਛ ਨਹੀਂ ਕਰ ਸਕਾਂਗੇ। ਚਲੋ ਹੁਣ 92 ਜਿੱਤ ਗਏ, ਵੱਡੀ ਮਤਲਬ ਕਿ ਆਈ ਆ, ਉਸ ਤੋਂ ਬਾਅਦ ਲੋਕਾਂ ਦੇ ਹੁਣ ਇਹ ਕਹਿਣਾ ਸ਼ੁਰੂ ਕਰਤਾ ਵੀ ਤੁਹਾਡੀ ਗੱਲ ਸਹੀ ਸੀ, ਇਹ ਸਿਸਟਮ ਜਿੰਨਾ ਚਿਰ ਨਹੀਂ ਬਦਲਦਾ ਗਾ। ਹੁਣ ਭਗਵੰਤ ਮਾਨ ਨੇ ਜਿੰਨੇ ਵੀ ਫੈਸਲੇ ਲਏ ਆ ਪਿਛਲੇ ਦਿਨਾਂ ਦੇ ਵਿੱਚ, ਲੋਕਾਂ ਦਾ ਲੋਕਾਂ ਨੂੰ ਐਂ ਲੱਗਣ ਲੱਗ ਪਿਆ ਵੀ ਯਾਰ ਆਪਾਂ ਕਹਿੰਦੇ ਹੁੰਦੇ ਹੁੰਦੇ ਵੀ ਜੇ ਕੋਈ ਪੁੱਤ ਮਾੜੇ ਕੰਮ ਕਰੇ ਉਹਦੇ ਪਿਓ ਨੂੰ ਚੰਗਾ ਘਵਾ ਜਾਂਦਾ, ਹੁਣ ਇਹਨੇ ਅਕਾਲੀਆਂ ਅਤੇ ਕਾਂਗਰਸ ਨੂੰ ਚੰਗੇ ਘਵਾਤਾ ਮਾਨ ਸਰਕਾਰ ਨੇ। ਜਿਵੇਂ ਇੱਥੇ ਹੀ ਦੇਖੋ, ਮੇਰੇ ਘਰੇ ਪਹਿਲਾਂ ਵੀ ਬਹੁਤ ਵਾਰੀ ਛਾਪੇ ਮਾਰੀਆਂ ਹੋਈਆਂ, ਬਹੁਤ ਵਾਰੀ ਪੁਲਿਸ ਗਈ ਹੈ, ਪਰ ਮੇਰੇ ਘਰ ਨੂੰ ਜਿੰਦਰਾ ਨਹੀਂ ਲੱਗਾ ਸੀ ਕਦੇ ਵੀ। ਇਸ ਵਾਰੀ ਮੇਰੀ ਘਰ ਦੀ ਤੇ ਵੀ ਪਰਚਾ ਕੱਟਤਾ, ਉਹਨੂੰ ਵੀ ਰੂਹ ਪੋਸ਼ ਹੋਣਾ ਪਿਆ, ਘਰ ਜਿੰਦਰਾ ਲੱਗ ਗਿਆ। ਹੁਣ ਪਰਿਵਾਰ ਕਿਤੇ ਨਾ ਕਿਤੇ, ਸਾਡੇ ਜਿਹੜੇ ਦੂਸਰੇ ਭਾਈ ਭੈਣ ਸੀਗੇ ਉਹ ਵੀ ਇੱਕ ਸੋਚਦੇ ਸੀ ਵੀ ਇਹ ਸਰਕਾਰ ਚੰਗੀ ਆ। ਹੁਣ ਜਦੋਂ ਰਵੱਈਆ ਵੇਖਿਆ, ਹੁਣ ਸਾਰੇ ਆਮ ਪਿੰਡ ਵਾਸੀ ਆ, ਆਂਢ ਗੁਆਂਢੀ ਸਾਰੇ ਕਹਿਣ ਲੱਗ ਪਏ ਵੀ ਸਭ ਤੋਂ ਮਾੜਾ ਆ ਗਿਆ ਤਾਂ ਮੋਦੀ ਵਰਗੇ ਨਾਲੋਂ ਵੀ ਮਾੜਾ ਵਾ। ਪਰ ਲੋਕਾਂ ਦੇ ਵਿੱਚ ਜਿਹੜਾ ਨਾ ਸੀਗਾ ਉਹ ਪੜਦਾ ਜਿਹਾ ਵੀ ਭਗਵੰਤ ਮਾਨ ਸਾਡੇ 'ਚੋਂ ਗਿਆ ਵਾ, ਧਰਨਿਆਂ 'ਚੋਂ ਗਿਆ ਸਾਡਾ ਮੁੰਡਾ ਵਾ, ਉਹ ਜਿਹੜਾ ਭਰਮ ਸੀ ਉਹ ਨਿਕਲ ਗਿਆ ਵਾ। ਬਾਪੂ ਜੀ, ਤੁਹਾਡਾ ਪਿੰਡ ਨੇੜੇ ਆ? ਹਾਂਜੀ, ਨੇੜੇ ਆ ਜੀ। ਕੀ ਲੱਗਦਾ ਫਿਰ ਮਾਨ ਸਰਕਾਰ ਕੁਛ ਕਰੂਗੀ ਕਿ ਕਿਵੇਂ ਆ? ਪਹਿਲਾਂ ਪਾਣੀ ਕਿਵੇਂ ਤੁਹਾਡੇ ਪਿੰਡ ਦਾ? ਸਹੀ ਆ, ਪਾਣੀ ਬਿਲਕੁਲ ਨਹੀਂ ਸਹੀ ਜੀ। ਪਾਣੀ ਸਾਡੇ ਪਿੰਡ ਦਾ, ਕਿਸੇ ਨੂੰ ਕੋਈ ਬਿਮਾਰੀ ਲੱਗਦੀ, ਕਿਸੇ ਨੂੰ ਕੋਈ ਲੱਗਦੀ ਆ। ਜੀ ਜੀ, ਮੇਰੇ ਤਾਂ ਆਪ ਗੋਡੇ ਕੰਮ ਨਹੀਂ ਕਰਦੇ। ਮੈਂ ਡਾਕਟਰ ਨੂੰ ਪੁੱਛਿਆ, ਮੈਨੂੰ ਕਹਿੰਦਾ ਬਾਬਾ ਤੂੰ ਪਾਣੀ ਚੰਗਾ ਪੀਆ ਕਰ, ਤੇ ਮੈਂ ਕਿਹਾ ਬਾਬਾ ਪੀਵੇ ਕਿੱਥੋਂ? ਮੈਂ ਕਿਹਾ ਬਾਬੇ ਕੋਲ
ਗਾਂ ਨੂੰ ਲਾਵਾਂ ਕੱਟਾਂ ਲਾ ਦਈਏ ਨਾ ਤੇ ਮੰਡੀ 'ਚ ਲੈ ਜਾਈਏ ਤਾਂ ਵਿਕ ਜਾਂਦੀ ਹੈ। ਇਹ ਜਿੰਨੇ ਆਏ ਨਾ ਆਪ ਵਾਲੀ ਪਾਰਟੀ 'ਚੋਂ ਇਹ ਸਾਰੇ ਲਾਵੇਂ ਹੀ ਲੱਗੇ ਆ। ਇਹਨਾਂ ਦੀ ਕੋਈ ਪਾਰਟੀ ਕੋਈ ਮੈਜੋਰਟੀ ਨਹੀਂ ਸੀ ਆਪਦੀ। ਕਾਂਗਰਸ ਹੀ ਰਲ ਗਿਆ, ਅਕਾਲੀ ਰਲ ਗਏ, ਭਾਜਪਾ ਰਲ ਗਈ, ਉਹ ਜਿਹੜੇ ਆਰ ਐਸ ਰਲ ਗਈ, ਇਹ ਸਾਰੇ ਲਾਵੇਂ ਬੱਚੇ ਲੱਗੇ ਆ ਇਹਨਾਂ ਨੂੰ। ਇਹ ਕੋਈ ਨਹੀਂ ਇਹਨਾਂ 'ਚੋਂ, ਜਿੱਥੇ ਮਰਜ਼ੀ ਘੁਆ ਲੈਣ। ਜੇ ਭਗਵੰਤ ਮਾਨ ਨੇ ਫੈਸਲਾ ਕਰਨਾ ਤਾਂ ਜਿਹੜਾ ਸੰਤ ਸੀਚੇਵਾਲ ਸੀਗਾ ਸੰਤ ਕਹਾਉਂਦਾ ਸੀ, ਅੱਜ ਕੀ ਆ ਉਹ, ਅੱਜ ਰਾਜਨੀਤਿਕ ਹੈ ਕਿ ਕੋਈ ਹੋਰ ਆ? ਭਗਵੰਤ ਮਾਨ ਦੀ ਬੋਲੀ ਬੋਲਦਾ ਉਹ, ਇੱਥੇ ਲਿਆਂਦਾ, ਮਿੰਨਤਾਂ ਕੱਢ ਕੇ ਅੰਦਰ ਬੋਰ ਵਿਖਾਏ, ਸਾਰਾ ਕੁਛ ਕੀਤਾ, ਮਿੰਨਤਾਂ ਨਾਲ ਆਇਆ। ਪਹਿਲਾਂ ਤਾਂ ਸਵੇਰੇ ਸਾਨੂੰ ਟਾਈਮ ਦਿੱਤਾ, ਹੋ ਗਏ ਸੰਤ ਅਤੇ ਦੇਵੇ ਟਾਈਮ, ਅਤੇ ਟਾਈਮ ਨਾਲ ਉੱਪੜੇ, ਫਿਰ ਦੱਸੋ ਗ੍ਰਹਿਦਾਰ ਕੌਣ? ਜੇ ਤੂੰ ਸੰਤ ਘੁਆਉਣਾ ਤਾਂ ਸੰਤ ਵਾਲੇ ਕੰਮ ਕਰ, ਤੂੰ ਹੁਣ ਰਾਜਨੀਤਿਕ ਲਿਖਾ ਲਾ ਵੀ ਮੈਂ ਤਾਂ ਪੈਸੇ ਬਣਾਉਣ ਵਾਲਾ ਸੰਦ ਹੈ, ਮੈਂ ਤਾਂ ਪੈਸੇ ਬਣਾਉਂਗਾ। ਉਹਨਾਂ ਦੇ ਲੈਬੋਰੇਟਰੀ ਮੇਰੇ ਹੱਥ 'ਚ ਹੈ, ਜਿੱਥੋਂ ਅਸੀਂ ਜਾਂਦੇ ਸੈਂਪਲ ਭਰ ਪਾਣੀ ਤੋਂ ਉੱਥੋਂ ਭਰਦੇ ਨਹੀਂ ਸੀ, ਜਿਹੜੇ ਉਹ ਬੋਰ ਚਲਾ ਕੇ ਖੜੇ ਆ। ਅੱਛਾ, ਜਿਹੜੀ ਮੈਨ ਕਹੋਈ ਹੈ, ਅੱਛਾ ਅਸੀਂ ਇੱਕ ਫੁੱਟ ਮਿੱਟੀ ਚੱਕ ਲਈਏ, ਸਾਡੇ 'ਤੇ ਪਰਚਾ ਹੁੰਦਾ, ਅਤੇ ਇਹਨਾਂ ਨੇ 50-50 ਫੁੱਟ ਚੱਕੀ ਆ, ਸਾਰਾ ਕੁਝ ਵਿਖਾਇਆ ਉਹਨੂੰ ਤੋਰ ਕੇ, ਕੋਈ ਕਿਸੇ ਦੇ ਕੰਨ 'ਤੇ ਜੂੰ ਨਹੀਂ ਸਰਕਦੀ। ਪਰ ਸਰਕਾਰ ਤਾਂ ਕਹਿੰਦੀ ਆ ਆਮ ਲੋਕਾਂ ਦੀ ਸਰਕਾਰ ਆ। ਕੋਈ ਆਮ ਦੀ ਨਹੀਂ, ਮੈਂ ਤਾਂ ਤੁਹਾਨੂੰ ਸਪਸ਼ਟੀਕਰਨ ਦੇਦਾ ਵੀ ਇਹ ਸਾਰੇ ਲਾਵੇਂ ਲੱਗੇ ਆ ਜਿੰਨੇ ਸਰਕਾਰ 'ਚ ਆਏ ਆ। ਕੋਈ ਇਹਨਾਂ ਦਾ ਮੁੱਦਾ ਨਹੀਂ ਕਿਸੇ ਵੀ ਰਕਮ ਦਾ। ਜਿੱਥੋਂ ਕੋਈ ਜੀ ਕੀਤਾ ਪਬਲਿਕ ਨੇ ਇਹ ਸੋਚਿਆ ਵੀ ਬਦਲਾਓ ਕਰ ਦਿਓ, ਪਰ ਸਾਨੂੰ ਬਦਲਾਓ 'ਚ ਕੋਈ ਫਾਇਦਾ ਨਹੀਂ ਨਿਕਲਿਆ। ਜੇ ਸਾਡਾ ਬਦਲਾਓ ਫਸਲਾਂ 'ਤੇ ਆ ਜਾਓ ਤੁਸੀਂ, ਸਾਡੀਆਂ ਖੰਡ ਮਿੱਲਾਂ ਕਿਹਨੇ ਬੰਦ ਕੀਤੀਆਂ ਸੀ, ਕਾਹਦੋਂ ਕੀਤੀਆਂ ਸੀ? ਇਹ ਬਾਦਲ ਦੇ ਕੈਪਟਨ ਨੇ ਰਲ ਕੇ ਕੀਤੀਆਂ ਸੀ। ਆਹ ਜਿਹੜੀ ਸ਼ਰਾਬ ਫੈਕਟਰੀ ਲੱਗੀ ਨਾ, ਇਹ ਲੋਕਾਂ ਨੂੰ ਭਰਮ ਭਰੇਖਾ ਪਾਇਆ ਪਹਿਲਾਂ, ਇਹ ਲਓ ਜੀ ਅਸੀਂ ਸਾਈਕਲ ਬਣਿਆ ਕਰਨਗੇ, ਕਿਸੇ ਨੂੰ ਨਹੀਂ ਪਤਾ ਲੱਗਣ ਦਿੱਤਾ ਬਾਦਲ ਸਰਕਾਰ ਨੇ ਉਦੋਂ, ਇਹ ਫੈਕਟਰੀ ਸ਼ਰਾਬ ਦੀ ਆ। ਹੁਣ ਇਹਦੇ ਅੰਦਰ 2 ਫੈਕਟਰੀਆਂ ਹੋਰ ਚੱਲਦੀਆਂ, ਉਹ ਕਿਸੇ ਨੂੰ ਪਤਾ ਹੀ ਨਹੀਂ ਵੀ ਕਿਹੜੇ ਕੈਮੀਕਲ ਬਣੀ ਜਾਂਦੇ ਆ। ਜਿਹੜੇ ਅੱਗੇ ਤੁਹਾਨੂੰ ਬਲਦੇਵ ਸਿੰਘ ਨੇ ਦੱਸਿਆ ਵੀ ਪਸ਼ੂ ਇੰਨੇ ਮਰ ਗਏ, ਬਲਦੇਵ ਸਿੰਘ ਬੋਲ ਗਏ ਨਾ, ਉਹ 26 ਗੱਡੀਆਂ ਡੇਲੀ ਫੱਕਦੀਆਂ ਸੜਦੀਆਂ, ਤੇ ਦੱਸੋ ਉਹਦਾ ਜਿਹੜਾ ਧੂੰਆਂ ਨਿਕਲਦਾ ਉਹਦੀ ਸਵਾਹ ਕਿੱਥੇ ਜਾਂਦੀ ਹੈ? ਜਿਹੜੇ ਆਹ 2 ਮਹੀਨੇ ਹੁੰਦੇ ਨਾ ਪੋਹ ਅਤੇ ਮਾਘ, ਇਹ ਇੱਕ ਕੁਦਰਤ ਦੀ ਖੇਡ ਹੈ। 5 ਰੁੱਤਾਂ ਆਉਂਦੀਆਂ ਸਾਲ ਦੇ ਵਿੱਚ ਪੰਜਾਬ ਦੀ ਧਰਤੀ 'ਤੇ, ਹਾਂਜੀ। ਆਹ 2 ਮਹੀਨੇ ਹਵਾ ਲਗਾਤਾਰ ਪਿੱਛੋਂ ਚੱਲਦੀ ਹੈ, ਇਸ ਸਾਈਡ ਨੂੰ ਜਾਂਦਾ। ਮੇਰਾ ਪਿੰਡ ਆ ਮਸੂਰ ਵਾਲ ਦੇ ਮਗਰਲੇ ਬੰਨੇ ਆ, ਸਾਨੂੰ ਇੰਨੀ ਬਦਬੋ ਆਉਂਦੀ ਹੈ ਅਤੇ 20-25 ਪਸ਼ੂਆਂ 'ਚ ਬਿਮਾਰੀ ਪੈ ਜਾਂਦੀ ਹੈ ਜਦੋਂ ਇੱਧਰੋਂ ਧੂੰਆਂ ਜਾ ਕੇ ਪੱਠਿਆਂ 'ਤੇ ਪੈਂਦਾ। ਮੇਰਾ ਸਾਡੀ ਹੱਦ ਰੱਖਦੀ ਮਸੂਰ ਵਾਲ ਦੇ ਨਾਲ। ਜਿਹੜੇ ਲੋਕ ਇਹ ਕਹਿ ਰਹੇ ਆ ਵੀ ਸਬੂਤ ਚਾਹੀਦਾ ਹੈਗਾ, ਹਾਂਜੀ, ਸਬੂਤ ਕੀ ਆ ਫਿਰ? ਸਬੂਤ ਕਾਹਦਾ ਮੰਗਦੇ ਆ ਦੱਸਣ? ਇਹ ਕਹਿੰਦੇ ਵੀ ਕੋਈ ਬਿਮਾਰ ਨਹੀਂ ਹੋ ਰਿਹਾ, ਪਾਣੀ ਪੀ ਰਿਹਾ ਸੈਂਪਲ ਠੀਕ ਹੈ। ਜਿਹੜੇ ਇਹਨਾਂ ਨੇ ਆਸ਼ਾ ਵਰਕਰ ਲਾਏ ਆ ਉਹ ਚੋਰੀ ਆਏ, ਘਰੇ ਕੋਈ ਸਾਡਾ ਬਜ਼ੁਰਗ ਬੈਠਾ, ਸਾਡੀ ਕੋਈ ਮਾਈ ਬੈਠੀ ਹੈ, ਚਾਹੇ ਕੋਈ ਸਾਡਾ ਹੋਰ ਬੰਦਾ, ਚਾਹੇ ਕੋਈ ਸਾਡਾ ਮੰਨ ਲਓ ਪੱਠੇ ਪਾਉਣ ਵਾਲਾ ਦਿਹਾੜੀਆ ਹੀ ਹੈ, ਉਹਨੂੰ ਪੁੱਛ ਲਿਆ ਵੀ ਇਹਨਾਂ ਦੇ ਘਰੇ ਸੁੱਖ ਸਾਂ ਦਾ? ਉਹ ਕਹਿੰਦਾ ਠੀਕ ਹੈ। ਵੈਸੇ ਆਪਣੀ ਕਹਾਵਤ ਆ ਪੰਜਾਬੀਆਂ ਦੀ ਵੀ, ਠੀਕ ਆ ਜੀ ਸਾਡੇ ਘਰੇ ਤਾਂ, ਸਾਡੇ ਪਿੰਡ 'ਚ ਠੀਕ ਹੈ। ਕੋਈ ਡਾਕਟਰ ਆਉਂਦੇ ਲੁਧਿਆਣੇ ਤੋਂ ਚੱਲ ਕੇ, ਦਿੱਲੀ ਤੋਂ ਚੱਲ ਕੇ, ਚੰਡੀਗੜ੍ਹ ਤੋਂ ਪਿੰਡ 'ਚ ਸਪੀਕਰ 'ਚ ਆਵਾਜ਼ ਦਿੰਦੇ, ਅਨਾਊਂਸਮੈਂਟ ਹੁੰਦੀ ਵੀ ਭਾਈ ਸਾਹਿਬ ਅੱਜ ਜਾਂਚ ਹੋਣੀ ਪਿੰਡ ਦੀ ਪਾਣੀ ਪ੍ਰਤੀ, ਅਤੇ ਜੇ ਹੁਣ ਲਿਆ ਮੈਂ ਜਾ ਵੜਦਾ ਤੁਹਾਨੂੰ ਜਿੰਨੀਆਂ ਰਿਪੋਰਟਾਂ ਆਖੋ ਮੈਂ ਮਿੰਟਾਂ 'ਚ ਦੇ ਦੂੰਗਾ, ਮੈਂ ਸਾਰਾ ਕੁਝ ਦੇ ਦੂੰ, ਸਾਰਾ ਪਿੰਡ ਸੁਖੀ ਹੈ। ਹੁਣ ਆਹ ਜਿਹੜਾ ਮੁੰਡਾ 35 ਸਾਲ ਦਾ ਮਰਿਆ, ਇਹ ਕਾਹਦੇ ਨਾਲ ਮਰ ਗਿਆ? ਡਾਕਟਰਾਂ ਨੇ ਖੁਦ ਉਹਦੇ ਘਰੇ ਜਾ ਕੇ ਹੁਣ ਰਿਪੋਰਟ ਵੇਖ ਲਓ, ਡਾਕਟਰਾਂ ਨੇ ਇਹ ਗੱਲ ਆਖੀ ਸੀ ਵੀ ਕਾਕਾ ਜਿਹੜਾ ਤੂੰ ਪਾਣੀ ਪੀਣਾ ਉਹਦੇ ਨਾਲ ਗੁਰਦੇ ਫੇਲ ਹੋਏ ਤੇਰੇ। ਅਤੇ ਅਸੀਂ ਜਿੰਨੀ ਪਬਲਿਕ ਆਏ ਆਲੇ ਪਤਾਲੇ 40-40-50-50 ਕਿਲੋਮੀਟਰ ਦੀ ਵੱਸਦੀ ਹਾਂ, ਅਸੀਂ ਲੋਕ ਪਾਣੀ ਮੁੱਲ ਲੈ ਕੇ ਪੀ ਲਾਂਗੇ? ਇਹ ਆਪ ਤਾਂ ਪਾਣੀ ਪੀਂਦੇ, ਜਿੱਥੇ ਬੋਤਲਾਂ 'ਚ ਲਿਆਉਂਦੇ ਉੱਥੋਂ ਮੰਗਾਉਂਦੇ ਆ, ਹੈਂ, ਅਤੇ ਅਸੀਂ ਆ ਸੇਵਨ ਵਾਲੇ ਦੇ ਵਿੱਚ ਗੰਦਾ ਪਾਣੀ ਪਹਿਲਾਂ ਹੀ ਪਾਉਂਦੇ ਰਹੇ, ਇਹਦੇ 'ਚੋਂ ਹਟਾਏ ਅਤੇ ਮੁੜ ਕੇ ਇਹਨਾਂ ਨੇ ਉਹ ਫੈਕਟਰੀ ਦੇ ਮਗਰ ਇਹ ਆਏ ਸੀ ਖੰਡ ਮਿੱਲ ਵਾਲੀ ਜ਼ਮੀਨ ਰੋਕਣ। ਉਹ ਕਾਰਨ ਕੀ ਬਣ ਗਿਆ? ਬਾਦਲ ਸਾਹਿਬ ਨੂੰ ਇਹ ਤਾਂ ਪਤਾ ਸੀ ਵੱਡੇ ਨੂੰ, ਪਰ ਦਿਮਾਗ ਪੈਸਾ ਫੇਲ ਕਰ ਦਿੰਦਾ। ਕਿਸੇ ਕੋਲੇ ਆ ਜੇ ਮੈਨੂੰ ਦੇ ਦੇ ਹੁਣ ਰੁਪਈਏ, ਮੇਰਾ ਵੀ ਫੇਲ ਹੋ ਜੂ, ਹੈ, ਪੈਸੇ ਬਿਨਾਂ ਕੋਈ ਨਹੀਂ ਮਿਲਾਉਂਦਾ। ਨੈਣ ਜੀ ਭੇਜਿਆ ਸੀ ਨੂਣ ਤੇ ਮਿਰਚ ਲੈਣ ਜੀ, ਰਾਜਾ ਨਲ ਹੋਇਆ ਉਹਦੇ ਕਿੱਸੇ ਦੇ ਵਿੱਚ ਸੀਗਾ, ਉਹਦੇ ਘਰ ਵਾਲੀ ਉਹ ਨਾ ਸਾਰ ਪਾਸਾ ਖੇਡਦਾ ਹੁੰਦਾ ਸੀ, ਜੋ ਸਾਰ ਪਾਸਾ ਖੇਡਦਾ ਤੇ ਉਹ ਰਾਜੇ ਦਾ ਚੂਹਾ ਰੱਖਿਆ ਸੀ, ਤੇ ਉਹਨੇ ਸਾਰੇ ਰਾਜ ਦੇ ਉੱਤੇ ਜਾਣਾ ਤੇ ਜਾ ਕੇ ਨਾ ਨਰਦਾ ਸਿੱਧੀਆਂ ਚੂਹੇ ਨੇ ਸਿੱਧੀਆਂ ਕਰ ਦੇਣੀਆਂ। ਉਹਨੇ ਜਿੱਤ ਜਾਣਾ ਤੇ ਸਿਰ ਸਿਰ ਦੀ ਸ਼ਰਤ ਲਾਉਂਦਾ ਸੀ, ਸਿਰ ਵੱਢ ਕੇ ਲਾਭ ਕਰਦੇ ਰਾਜ ਚਲਾ ਲੈਣਾ। ਉਹ ਰਾਣੀ ਉਹਦੀ ਆਉਂਦੀ, ਰਾਜਾ ਕੈਰ ਨਹੀਂ ਗੁਜ਼ਾਰੀ ਦਾ ਹੁੰਦਾ, ਉਹ ਫਿਰ ਦਹਿਸਰ ਕਿਹਨੇ ਮਾਰਿਆ ਉਹਦਾ ਘਰ ਦੇ ਭੇਤ ਨੇ, ਉਹ ਖੀਰੀ ਸਾਰੇ ਨੇੜੇ ਨੇੜੇ ਰਾਜ ਮੁੱਕ ਗਏ। ਜਦੋਂ ਰਾਜ ਮੁੱਕ ਗਏ ਤੇ ਭਰਾ ਨੂੰ ਆਉਂਦਾ ਵੀ ਆਹ ਸਾਰ ਪਾਸਾ ਖੇਡ ਮੇਰੇ ਨਾਲ, ਜਿਹੜੀਆਂ ਕੋਈ ਨਰਦਾਂ ਨੁਰਦਾਂ ਸਿੱਟਦੇ ਸੀ, ਸਾਡੇ ਬਜ਼ੁਰਗ ਵੱਡੇ ਦਾਦਾ ਜੀ ਦੱਸਦੇ ਹੁੰਦੇ ਸੀ ਇਹ ਗੱਲਾਂ ਸਾਨੂੰ। ਅੱਛਾ, ਉਹ ਜਦੋਂ ਸਿੱਟੀਆਂ ਉਹ ਕਹਿੰਦਾ ਤੂੰ ਰਹਿਣ ਦੇ, ਮੈਨੂੰ ਸਾਰਾ ਪਤਾ ਤੇਰਾ। ਉਹਨੇ ਬਿੱਲੀ ਲੈ ਜਾਂਦੀ, ਤੇ ਜਦੋਂ ਚੂਹੇ ਨੇ ਬਿੱਲੀ ਵੇਖ ਚੂਹਾ ਭੱਜ ਗਿਆ, ਉਹ ਤਾਂ ਫੈਕਟਰੀ 'ਚ ਵੜ ਕੇ ਜਾ ਕੇ
ਉਹਦਾ ਤੇ ਆਇਆ ਹੀ ਨਹੀਂ ਮੁੜ ਕੇ ਜੋ ਉਹਦੀਆਂ ਸਿੱਧੀਆਂ ਹੋ ਗਈਆਂ ਹੁਣ ਫਿਰ ਤੁਸੀਂ ਕਿਹੜੀ ਬਿੱਲੀ ਲੈ ਕੇ ਆਓਗੇ ਫੈਕਟਰੀ ਬੰਦ ਕਰਾਉਣ ਬਿੱਲੀ ਨਹੀਂ ਇੱਥੇ ਤਾਂ ਸ਼ੇਰ ਫਿਰਦੇ ਆ ਬਿੱਲੀਆਂ ਬੁੱਲੀਆਂ ਕੋਈ ਨਹੀਂ ਗੀਆਂ ਕੁਰਬਾਨੀ ਦੇ ਦਿਆਂਗੇ ਅੱਜ ਤੋਂ ਪਹਿਲਾਂ ਮੈਂ 5 ਮਹੀਨੇ ਕੁਰਬਾਨੀ ਦੇ ਦਿੱਤੀ ਹੈ ਮੈਨੂੰ ਇੱਥੇ ਬੈਠਿਆਂ ਤਰੰਗ ਦਾ ਦੌਰਾ ਪਿਆ ਸੀ ਤੇ ਮੈਂ ਮਰ ਜਾਂਦਾ ਮੇਰੀ ਕੁਰਬਾਨੀ ਸੀਗੀ ਕਿ ਕੀ ਸੀ ਮੈਨੂੰ ਕਿਹੜਾ ਕਿਸੇ ਨੇ ਦੱਸਿਆ ਸੱਦਿਆ ਸੀਗਾ ਵੀ ਤੂੰ ਇੰਨੀ ਗਰਮੀ ਦੇ ਵਿੱਚ ਆਣ ਕੇ ਇੱਥੇ ਬਹਿ ਜਾ ਮੈਂ ਅਕਸਰ ਆਇਆ ਮੈਨੂੰ ਗੁਰੂ ਸਾਹਿਬ ਨੇ ਆਖਿਆ ਨਹੀਂ ਜਾਣਾ ਜਾ ਮੋੜ ਕੇ ਫਿਰ ਲਿਆਂਦਾ ਹੈਂ ਮੈਨੂੰ ਮੋੜ ਕੇ ਫਿਰ ਆਉਂਦਾ ਮੈਂ ਫਿਰ ਤਿਆਰ ਜਿਹੜੇ ਹੁਣ ਫੈਕਟਰੀ ਨੇ ਕਾਨਫਰੰਸ ਇੱਕ ਕਰੀ ਆ ਫੈਕਟਰੀ ਦੇ ਜਿਹੜੇ ਮੈਨੇਜਰ ਨੇ ਐਮਡੀ ਨੇ ਉਹਨਾਂ ਨੇ ਕਿਹਾ ਵੀ ਅਸੀਂ ਪਾਣੀ ਜਿਹੜਾ ਪੀਣ ਨੂੰ ਤਿਆਰ ਆ ਜੇ ਉਹ ਪਾਣੀ ਪੀ ਲੈਂਦੇ ਆ ਫਿਰ ਠੀਕ ਉਹ ਸਾਡੇ ਕੋਲੇ ਆਉਣ ਅਸੀਂ ਆਪਦਾ ਜਿੱਥੇ ਸਾਡਾ ਸਟੇਜ ਲੱਗਾ ਹੈ ਜਿਹੜਾ ਉਹ ਬੋਰ ਦਾ ਅਸੀਂ ਪਾਣੀ ਦੇਵਾਂਗੇ ਨਾ ਉਹ ਇੱਕ ਹਫ਼ਤਾ ਪੀਣਾ ਉਹਨਾਂ ਨੇ ਘੱਟ ਤੋਂ ਘੱਟ ਸਾਰਾ ਆਪਾਂ ਤੇ ਰੋਟੀਆਂ ਵੀ ਅਸੀਂ ਦੇਣੀਆਂ ਜਿਹੜਾ ਅਸੀਂ ਲੰਗਰ ਪਕਾਉਣਾ ਤੇ ਠੀਕ ਹੈ ਅਸੀਂ ਹੋਰ ਪਾਣੀ ਨਹੀਂ ਪੀਣ ਦੇਣਾ ਚੋਰੀ ਛੱਪੇ ਕੋਈ ਵੀ ਅੰਦਰ ਬਹਿ ਕੇ ਨਾ ਉਹ ਪੀ ਲੈਣੇ ਇੱਕ ਹਫ਼ਤਾ ਦੇ ਰੋਟੀਆਂ ਖਾ ਲੈਣ ਸਾਡੇ ਕੋਲ ਤੇ ਅਸੀਂ ਸਾਰਾ ਕੁਝ ਤਿਆਰ ਆ ਮੰਨਣ ਨੂੰ ਜਾਂ ਉਹਨਾਂ ਨੂੰ ਭਾਵੇਂ ਅੱਜ ਲਿਆਓ ਇੱਕ ਸਰਕਾਰ ਦੇ ਮੰਤਰੀ ਨੇ ਵੀ ਇਹ ਕਿਹਾ ਵੀ ਜਿਹੜੇ ਲੋਕ ਧਰਨੇ ਤੇ ਬੈਠੇ ਉਹ ਮਾਹੌਲ ਖਰਾਬ ਕਰ ਰਹੇ ਨੇ ਉਹ ਕਾਹਦਾ ਮਾਹੌਲ ਖਰਾਬ ਕਰਦੇ ਆ ਸਾਡੇ ਕੋਲੇ ਕਿਹੜਾ ਕੋਈ ਅੱਗ ਲਾਉਣ ਵਾਲੀਆਂ ਚੀਜ਼ਾਂ ਵੀ ਜਿਹੜੀਆਂ ਅਸੀਂ ਅੱਗ ਲਾਈ ਜਾਂਦੇ ਹਾਂ ਅਸੀਂ ਤਾਂ ਸੱਚ ਬੋਲਦੇ ਹਾਂ ਬਾਬੇ ਨਾਨਕ ਨੇ ਕੀ ਆਖਿਆ ਸੀ ਪਵਨ ਗੁਰੂ ਪਾਣੀ ਪਿਤਾ ਹੈਂ ਜੇ ਸਾਡੀ ਧਰਤੀ ਨਾ ਹੋਈ ਤਾਂ ਅੰਨ ਕਿੱਥੋਂ ਪੈਦਾ ਹੋਊਗਾ ਸੰਨ 66 ਦੇ ਵਿੱਚ ਇੰਦਰਾ ਗਾਂਧੀ ਅਮੈਰੀਕਾ ਕੋਲੇ ਗਈ ਸਨ 65 ਚ ਲਾਲ ਬਹਾਦਰ ਸ਼ਾਸਤਰੀ ਸੀਗਾ ਤੇਰੇ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਉਹਨੂੰ ਇੱਕ ਦਿਨ ਦੀ ਹੜਤਾਲ ਕਰਾਉਂਦਾ ਸੀ ਵੀ ਅੰਨ ਨਹੀਂ ਖਾਣਾ ਗਾ ਇੰਦਰਾ ਗਾਂਧੀ ਨੇ ਉੱਥੇ ਜਾ ਕੇ ਜਦੋਂ ਅੰਨ ਮੰਗਿਆ ਅਮੈਰੀਕਾ ਤੋਂ ਤੇ ਅਮੈਰੀਕਾ ਵਾਲਿਆਂ ਨੇ ਵੀ ਭਰੀ ਸਭਾ ਜਮਾਂਗੇ ਸਾਡੀ 'ਚ ਤੇ ਸਾਡੇ ਘਰੇ ਸਬੂਤ ਪਿਆ ਉਹਦਾ ਕੀ ਸਬੂਤ ਆ 500 ਰੁਪਈਆ ਸਾਡੇ ਬਜ਼ੁਰਗਾਂ ਵੱਡਿਆਂ ਨੇ ਤਕਾਵੀ ਚੱਕੀ ਤੇ 15 ਸਾਲੀ ਅਸੀਂ ਮੋੜੇ ਤੇ 70 ਰੁਪਈਏ ਸਾਨੂੰ ਕਿਸ਼ਤ ਆਉਂਦੀ ਸੀ ਸਾਲ ਦੀ ਤੇ 15 ਸਾਲਾਂ 'ਚ ਕਿੰਨੇ ਬਣ ਗਏ 1050 ਰੁਪਈਏ ਫਿਰ 66 ਜਿਹਨੇ 20 ਤਾਰੇ ਲਿਆ ਕੇ ਇਹਨੇ ਮੈਕਸੀਕੋ ਤੋਂ ਲਏ ਸੀਗੇ 18,000 ਟਨ ਉਹਦੇ 'ਚ ਇੱਕ ਲਾਲ ਰੰਗ ਦੀ ਕਣਕ ਹੁੰਦੀ ਜਿਹਨੂੰ 18 BP ਆਉਂਦੇ ਸੀ ਕਲਿਆਣ ਆਉਂਦੇ ਸੀ ਅਮੈਰੀਕਾ ਦੀ ਬਣੀ ਮਸੀਕਣ ਆਉਂਦੇ ਸੀ ਉਹ ਕਣਕਾਂ ਦੇ ਬੀ ਵੰਡੇ ਤੇ ਜਿਹੜੇ ਅਸੀਂ ਸਾਡੀਆਂ ਤਾਂ ਫਸਲਾਂ ਹੀ ਨਹੀਂ ਇਹ ਨਾ ਸਾਡਾ ਝੋਨਾ ਝਾਨਾ ਜੋ ਇਹ ਸਾਡਾ ਥੋੜੋ ਸੀ ਇਹ ਤਾਂ ਬੰਗਾਲ ਦੀਆਂ ਫਸਲਾਂ ਸੀ ਸਾਡੇ ਤਾਂ ਟਿੱਬੇ ਸੀ ਗਵਾਰੇ ਬਾਜਰੇ ਕਪਾਹਾਂ ਨਰਮੇ ਮੂੰਗੀਆਂ ਮੋਠ ਤੇ ਸਾਡੀ ਮਿੱਟੀ ਮੁੜ ਕੇ ਇਹਨਾਂ ਨੇ ਦੇ ਸਾਨੂੰ ਪੈਸੇ ਮਰਾ ਕਰਾਏ ਚੱਕਤੀ ਮਿੱਟੀ ਗਾਇਬ ਕਰਤੀ ਸਾਡੇ ਪਸ਼ੂ ਵੀ ਸਾਰਾ ਕੁਝ ਸਾਡਾ ਗਾਇਬ ਹੁਣ ਸਾਨੂੰ ਵੀ ਗਾਇਬ ਕਰਨ ਨੂੰ ਫਿਰਦੇ ਆਏ ਨੀ ਜੱਟ ਮਾਰਿਆ ਮਰਦਾ ਨਾ ਜੱਟ ਕੇ ਜੇਰਾ ਦਗਾ ਕਮਾਉਂਦੀ ਜਿੰਨਾ ਚਿਕਰ ਸਾਹ ਵਗਦੇ ਇਹਨਾਂ ਰਗਾਂ ਚ ਜਿਹਦਾ ਖਾਲਸੇ ਦਾ ਪੁੱਤ ਹੈ ਗੁਰੂ ਬਾਬੇ ਨਾਨਕ ਨੂੰ ਤੇ 10ਵੇਂ ਪਾਤਸ਼ਾਹ ਨੂੰ ਮੰਨਦਾ ਉਹ ਨਾ ਫਿਰ ਪਿੱਛਾ ਦੇਊਗਾ ਤੇ ਜੇ ਪੈਸੇ ਦਾ ਤੇ ਆਰਾਮ ਦਾ ਹੋਵੇ ਤਾਂ ਮੈਂ ਕਹਿ ਨਹੀਂ ਹੁਣ ਮੈਂ ਇੱਕ ਛੋਟੀ ਜਿਹੀ ਗੱਲ ਹੋਰ ਤੁਹਾਡੇ ਦੋਨਾਂ ਤੋਂ ਹੀ ਪੁੱਛਣੀ ਆ ਬਹੁਤ ਸਾਰੇ ਲੋਕ ਇੱਥੇ ਖੜੇ ਆ ਵੀ ਜਦੋਂ ਸਰਕਾਰ ਪਹਿਲਾਂ ਆਉਣ ਤੋਂ ਬਹੁਤ ਵਾਅਦੇ ਕੀਤੇ ਹਾਲਾਂਕਿ ਜੇ ਇਹ ਸਰਕਾਰ ਦੀ ਆਪਾਂ ਗੱਲ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰਦੇ ਉਹਨਾਂ ਦਾ ਜਿਹੜਾ ਉਹ ਕਹਿ ਵੀ ਰਿਹਾ ਵੀ ਆਮ ਲੋਕਾਂ 'ਚੋਂ ਗਏ ਆ ਠੀਕ ਹੈ ਆਪਣੇ 'ਚੋਂ ਗਏ ਨੇ ਪਰ ਤੁਹਾਨੂੰ ਕੀ ਲੱਗਦਾ ਵੀ ਤੁਹਾਡਾ ਜਿਹੜਾ ਦੁੱਖ ਦਰਦ ਆ 5-6 ਮਹੀਨੇ ਹੋ ਗਏ ਬੈਠਿਆਂ ਨੂੰ ਸੁਣ ਕੇ ਗੱਲ ਕੋਈ ਉਮੀਦ ਹੈਗੀ ਆ ਕਿ ਨਹੀਂ ਲੱਗਦਾ ਵੀ ਨਹੀਂ ਦੇਖੋ ਸਾਨੂੰ ਇਹਨਾਂ 'ਤੇ ਕੋਈ ਭਰੋਸਾ ਨਹੀਂ ਗਾ ਹੈ ਵੀ ਇਹ ਆਪਦੀ ਆਪ ਕੁਛ ਸਾਡਾ ਦੁੱਖ ਸੁਣ ਕੇ ਸਾਡੀਆਂ ਬਿਮਾਰੀਆਂ ਦੇਖ ਕੇ ਸਾਡੇ ਲੋਕਾਂ ਨੂੰ ਦੇਖ ਕੇ ਕੁਛ ਕਰ ਲੈਣਗੇ ਹਾਂ ਸਾਨੂੰ ਭਰੋਸਾ ਹੈਗਾ ਇੱਕ ਬਹੁਤ ਵੱਡਾ ਭਰੋਸਾ ਵਾ ਸਾਨੂੰ ਭਰੋਸਾ ਜਿਹੜੇ ਲੋਕ ਖੜੇ ਆ ਸਾਨੂੰ ਮੋਦੀ 'ਤੇ ਵੀ ਭਰੋਸਾ ਨਹੀਂ ਸੀਗਾ ਉੱਥੇ ਵੀ ਸਾਨੂੰ ਆਪਦੇ ਲੋਕਾਂ 'ਤੇ ਭਰੋਸਾ ਅਤੇ ਇਹਨਾਂ ਨੇ ਸਾਰਾ ਕੁਛ ਜੋ ਕਿਹਾ ਕੀਤਾ ਸਾਨੂੰ ਇਹਨਾਂ 'ਤੇ ਪੂਰਾ ਭਰੋਸਾ ਵਾ ਸਾਨੂੰ ਜਥੇਬੰਦੀਆਂ 'ਤੇ ਭਰੋਸਾ ਲੋਕਾਂ ਦੇ ਏਕੇ 'ਤੇ ਭਰੋਸਾ ਵਾ ਅਸੀਂ ਇਸ ਫੈਕਟਰੀ ਨੂੰ ਜਿੰਦਰਾ ਮਰਾ ਕੇ ਰਹਾਂਗੇ ਇਹ ਹੁਣ ਸਰਕਾਰ ਦੇਖੇ ਵੀ ਉਹਨੇ ਕਿੰਨਾ ਹੋਰ ਬਦਨਾਮ ਹੋਣਾ ਕਿੰਨਾ ਸਾਡੇ ਨਾਲ ਲੜਨਾ ਇਹ ਫੈਸਲਾ ਉਹਨਾਂ ਨੇ ਕਰਨਾ ਵੀ ਲੜਨਾ ਸਾਡੇ ਨਾਲ ਕਿੰਨਾ ਵਾ ਮੋਦੀ ਨੇ 1.5-1.5 ਸਾਲ ਲੜਿਆ ਮੋਦੀ ਨਾਲ ਇਹ ਫੈਸਲਾ ਕਰ ਲਵੇ ਕਿੰਨਾ ਚਿਰ ਲੜਨਾ ਵਾ ਉਨਾ ਚਿਰ ਅਸੀਂ ਲੜਨ ਨੂੰ ਤਿਆਰ ਹਾਂ ਪਰ ਫੈਕਟਰੀ ਹੁਣ ਬੰਦ ਹੋ ਕੇ ਰਹੂਗੀ ਇਹਦੇ ਥੱਲੇ ਕੁਛ ਨਹੀਂ ਇੱਕ ਸਰਕਾਰ ਦੇ ਮੰਤਰੀ ਅਮਨ ਅਰੋੜਾ ਨੇ ਵੀ ਕਿਹਾ ਵੀ ਸਰਕਾਰ ਦੇ ਖਜ਼ਾਨੇ ਦੇ ਉੱਤੇ ਬੋਝ ਪਾ ਰਹੇ ਨੇ ਲੋਕ 20 ਕਰੋੜ ਰੁਪਇਆ ਸੀ ਹਰਜ਼ਾਨਾ ਭਰਤਾ ਨੁਕਸਾਨ ਹੋ ਰਿਹਾ ਸਰਕਾਰ ਦੇ ਖਜ਼ਾਨੇ ਦਾ ਅਸੀਂ ਬੋਝ ਥੋੜੋ ਪਾਇਆ ਹਾਂ ਉਹ ਤਾਂ ਉਹਨਾਂ ਨੇ ਆਪ ਹੀ ਵੰਡ ਮੁੰਡ ਲੈ ਆਉਣੇ ਅਸੀਂ ਤਾਂ 5 ਮਹੀਨੇ ਪਹਿਲਾਂ ਕਹਿੰਦੇ ਫੈਕਟਰੀ ਬੰਦ ਕਰ ਦਿਓ ਅਸੀਂ ਤਾਂ ਇਹ ਗੱਲ ਆਨੇ ਆ ਜਿਹੜੀਆਂ ਫੈਕਟਰੀਆਂ ਪੰਜਾਬ 'ਚ ਲੱਗੀਆਂ ਗੁਜਰਾਤ 'ਚ ਨਰਮਾ ਬੀਜਿਆ ਜਾਂਦਾ ਹੈ ਗੁਜਰਾਤ 'ਚ ਉੱਥੇ ਧਾਗਾ ਤਿਆਰ ਹੁੰਦਾ ਹੈ ਉਹ ਲਿਆ ਕੇ ਪੰਜਾਬ ਦੇ ਵਿੱਚ ਪਾਣੀ ਦੇ ਜ਼ਰੀਏ ਪਹਿਲਾਂ ਤਾਂ ਸਾਡੇ ਕੋਲ ਫਸਲ ਪੈਦਾ ਕਰਾਈ ਸਾਡੀ ਮਿੱਟੀ ਖਰਾਬ ਕਰਤੀ ਇੰਦਰਾ ਗਾਂਧੀ ਨੇ ਪਹਿਲਾਂ ਲਿਆਂਦਾ ਸਾਰਾ ਕੁਝ ਲਿਆਂਦਾ ਕਿੰਨੇ ਪ੍ਰਧਾਨ ਮੰਤਰੀ ਆ ਗਏ ਅੱਛਾ ਪੰਜਾਬ ਨੂੰ ਸਾਰੀ ਗੱਲ ਦੇ ਵਿੱਚ ਜਦੋਂ ਮੌਕਾ ਜੁੜਦਾ ਜਿਹਦਾ ਇਰਾਦਾ ਹੋਵੇ ਉਹੋ ਹੀ ਪੰਜਾਬ ਦੇ ਗੱਲ 'ਚ ਸਾਫਾ ਪਾ ਲਓ ਆਣ ਕੇ ਹੁਣ ਆ ਫੈਕਟਰੀਆਂ ਲਿਆ ਕੇ ਵਾੜਤੀਆਂ ਗੰਦੇ ਪਾਣੀ ਅਤੇ ਸ਼ਰਾਬ ਇਹ ਸ਼ਰਾਬ ਫੈਕਟਰੀ ਸਾਡੇ ਲੱਗਣੀ ਨਹੀਂ ਚਾਹੀਦੀ ਕੁਤੇ ਵੀ ਅਸੀਂ ਇੱਕ ਨਹੀਂ ਅਸੀਂ ਸਾਰੀਆਂ ਬੰਦ ਕਰਾਵਾਂਗੇ ਜੇ ਜਿਉਂਦੇ ਰਹੇ ਤਾਂ ਜੇ ਮਰ ਗਏ ਤਾਂ ਰੱਬ ਰਾਜੀ
ਸਾਡੇ ਬਿਲਕੁਲ ਨਹੀਂ। ਅੱਛਾ ਜਦੋਂ 14 ਸੂਬਿਆਂ 'ਚ ਖਾਸ ਖਾਸ ਵਜਾਉਂਦੇ ਆ ਜਿਹੜੀਆਂ ਪੈਸਾ ਦੇਣ ਵਾਲੀਆਂ ਫਸਲਾਂ, ਕੀ ਗੱਲ ਪੰਜਾਬ ਨੂੰ ਕਿਉਂ ਨਹੀਂ? ਅਸੀਂ ਕੇਸ ਲੜੇ ਹਾਂ, ਅਸੀਂ ਖੁਦ ਕੇਸ ਲੜੇ ਹਾਂ ਇੱਥੋਂ ਦਾ। ਅਸੀਂ ਬੰਦਾ ਚੋਲੇ ਦਾ, ਮੈਨੂੰ ਉਹਦਾ ਨਾਂ ਭੁੱਲ ਗਿਆ, ਉਹ ਬੰਦਾ ਕੇਸ ਲੜਿਆ, ਸਾਰਾ ਕੁਝ ਹੋਇਆ, ਹਾਈ ਕੋਰਟ ਨੇ ਮਨਜ਼ੂਰੀ ਦਿੱਤੀ ਅਤੇ ਬਾਦਲ ਸਰਕਾਰ ਨੇ ਉਸ ਚੀਜ਼ ਦਾ ਐਲਾਨ ਦੇਣਾ ਸੀ ਕਰਕੇ ਲੋਕਾਂ ਨੂੰ ਵੀ ਤੁਸੀਂ ਖਦ ਖਦ ਬੀਜ ਸਕਦੇ ਹਾਂ। ਬਲਕਾਰ ਸਿੰਘ ਢਿੱਲੋਂ ਚੋਲੇ ਵਾਲਾ ਉਹ ਰਲਿਆ, ਮੈਂ ਉਹਦੇ ਨਾਲ ਖੁਦ ਜਾਂਦਾ ਰਿਹਾ ਕੋਰਟ ਤੀਕਰ। ਅਸੀਂ 10-15 ਲੱਖ ਬੰਦੇ ਦੇ ਸਾਈਨ ਫੋਟੋ ਅਜੇ ਉਹਦੇ ਕੋਲ ਰਿਕਾਰਡ ਪਿਆ ਹੋਊਗਾ, ਜੇ ਉਹ ਬਲਕਾਰ ਸਿੰਘ ਢਿੱਲੋਂ ਕੋਲ। ਹਾਂਜੀ, ਅਤੇ ਦੱਸੋ ਇਹ ਬਾਦਲ ਸਾਹਿਬ ਨੇ ਸਾਡੇ ਨਾਲ ਫਿਰ ਚੰਗੀ ਕੀਤੀ ਉਦੋਂ? ਇੱਕ ਕੀ ਗੱਲ, ਅਸੀਂ ਨਹੀਂ ਬੀਜ ਸਕਦੇ ਸਾਡੇ ਕੋਲੋਂ ਬਜਾਉਣ ਖਾਂ? ਬਾਪੂ ਜਿਹੜੀ ਹੁਣ ਮੌਜੂਦਾ ਸਰਕਾਰ ਆ ਭਗਵੰਤ ਸਿੰਘ ਮਾਨ ਦੀ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਾਂਦੇ ਜਾਂਦੇ? ਤੁਸੀਂ ਡਟੇ ਵੇ ਹੋ। ਹਾਂ, ਅਸੀਂ ਡਟੇ ਸਾਹਿਬ, ਕੁਛ ਹੋ ਜਾਏ ਅਸੀਂ ਨਹੀਂ ਬੰਦ ਕੀਤੇ ਤੋਂ ਬਣਾ। ਜੇ ਸਮਾਨ ਲਿਜਾਣਾ ਨਾ ਤਾਂ ਆਪਦਾ ਵਾਹਗੁਰੂ ਕਹਿ ਕੇ ਲੈ ਜਾਣਾ, ਅਤੇ ਜੇ ਨਹੀਂ ਲਿਜਾਣਾ ਤਾਂ ਟਾਲੇ ਦਾ ਲਾ ਦੇਣੇ ਆ ਅਤੇ ਲੱਗੇ ਵੀ ਆ, ਠੀਕ ਆ, ਇਹ ਚੱਲਣ ਨਹੀਂ ਦੇਣੀ। ਸਾਡੀਆਂ ਆਉਣ ਵਾਲੀਆਂ ਭਾਵੇਂ ਅਸੀਂ ਸਰੀਰ ਛੱਡ ਜਾਈਏ ਚਲੇ ਜਾਈਏ, ਸ਼ਹੀਦੀ ਭਾਵੇਂ ਪੈ ਜਾਊਗੇ ਤਾਂ ਪੈ ਜੇ। ਜੇ ਹੁਣ ਇਦੂ ਪਹਿਲਾਂ 5 ਮਹੀਨੇ ਮਰ ਜਾਂਦਾ ਫਿਰ ਕੀ ਹੋ ਜਾਣਾ, ਅਤੇ ਜੇ ਅੱਜ ਮਰ ਜਾਂਗੇ ਫਿਰ ਕੀ ਹੋ ਜਾਊ? ਅਸੀਂ ਤਾਂ ਇਹ ਆ ਨਾ ਸਰਕਾਰ ਨੂੰ ਵੀ ਸਿਆਣੇ ਬਣ ਜਾ, ਤੇਰਾ ਕੁਛ ਨਹੀਂ ਵਿਗੜਿਆ, ਤੈਨੂੰ ਬਣਾਇਆ ਵੇ ਕਿੰਨਾ, ਕਿੰਨੇ ਤੈਨੂੰ MLA ਬਣਾ ਕੇ ਦਿੱਤੇ, ਅਸੀਂ ਲੋਕਾਂ ਨੇ ਵੋਟਾਂ ਪਾਈਆਂ ਨਾ, ਪਰ ਅਸੀਂ ਮਾਇਆ ਸਾਰੀ ਜਿੰਨੀ ਪਬਲਿਕ ਖੜੀ ਆ, ਲੋਕ ਜਿੰਨੇ ਭੈਣ ਭਰਾ ਮਾਈ ਬਜ਼ੁਰਗ, ਮੈਂ ਇੱਕ ਬੇਨਤੀ ਕਰਦਾ ਇਹਨਾਂ ਨੂੰ ਤੁਹਾਡੇ ਮੀਡੀਆ ਦੇ ਰਾਹੀਂ ਵੀ ਭਲਿਓ ਮਾਨਸੋ, ਇਹਨਾਂ ਰਾਜਨੀਤਿਕ ਲੋਕਾਂ ਦਾ ਖਹਿੜਾ ਛੱਡ ਜਾਓ, ਆਪਦੀ ਜਮਾਤ ਬਣਾ ਲਓ, 10ਵੇਂ ਪਾਤਸ਼ਾਹ ਦੇ ਬਾਬੇ ਨਾਨਕ ਦੀ ਕਹਿਣੀ ਕਥਨੀ 'ਤੇ ਆ ਜਾਓ ਅਤੇ ਪੰਜਾਬ ਦਾ ਸੁਧਾਰ ਹੋ ਜੂ। ਅਤੇ ਜਿਹੜਾ ਤੁਹਾਡਾ ਇੱਥੇ ਮੌਜੂਦਾ MLA ਉਹ ਆਉਂਦਾ ਗੇੜਾ ਗੁੜਾ ਮਾਰਿਆ? ਮੈਂ ਨਾ ਉਹ ਚੱਕਿਆ ਹੀ ਨਹੀਂ, ਸਾਨੂੰ ਤਾਂ ਦੱਸਿਆ ਹੀ ਨਹੀਂ ਵੀ MLA ਹੈਗਾ ਕਿਸੇ ਨੀਗਾ, ਮੈਂ ਤਾਂ ਦਰਸ਼ਨ ਨਹੀਂ ਪਾਏ, ਮੈਂ ਹੋਰ ਕਿਸੇ ਤੋਂ ਕਹਿ ਨਹੀਂ ਸਕਦਾ ਜੇ ਕਿਸੇ ਨੂੰ ਮਿਲਿਆ, ਕਿਉਂ ਵੀ ਭਰਾਓ ਮਿਲਿਆ ਕਿਸੇ ਨੂੰ? ਕੋਈ ਬੰਦਾ ਬਾਂਹ ਖੜੀ ਕਰਕੇ 10 ਵਜੇ ਮਿਲਿਆ ਤਾਂ ਦੱਸੋ ਅਸੀਂ ਕੀ ਕਰਨਾ? ਸਾਡੇ ਕੋਲ ਤਾਂ ਜਿਹੜਾ ਕੁਛ ਅੱਜ ਤਾਂ ਫੈਕਟਰੀ ਬੰਦ, ਅੱਜ ਕਰ ਐਲਾਨ ਹੋ ਜੇ ਸਵੇਰੇ ਹੋ ਜੇ ਅਤੇ ਚਾਹੇ ਭਾਵੇਂ ਸਾਲ ਲੱਗ ਜੇ, ਦਿੱਲੀ ਵਾਂਗੂ ਮੋਰਚਾ ਪੱਕਾ, ਰੋਜ਼ 50-50 ਟਰਾਲੀਆਂ ਦਾ ਇੰਤਜ਼ਾਮ ਹੋ ਹੀ ਜਾਂਦਾ ਵੀ ਲੈ ਚੱਲੋ ਸਮਾਨ ਅਤੇ ਆਪਦਾ ਗੁੜ ਬੰਨ ਲਓ ਅਤੇ ਚਾਹ ਪੱਤੀ ਪਾ ਲਓ ਝੋਲਿਆਂ ਦੇ, ਚੱਲ ਪੁੱਤ ਚੱਕ ਲਓ ਝੰਡੇ 'ਚ ਡੰਡੇ ਜੀ, ਠੀਕ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਲੋਕਾਂ ਨੇ ਸਾਫ਼ ਅਤੇ ਸਪਸ਼ਟ ਦੱਸ ਦਿੱਤਾ ਗਾ ਵੀ ਜਿਹੜੀ ਫੈਕਟਰੀ ਆ ਉਹ ਅਸੀਂ ਬੰਦ ਕਰਾ ਕੇ ਰਹਾਂਗੇ, ਬਾਕੀ ਸਰਕਾਰ ਦੇਖੇ, ਸਰਕਾਰ ਦਾ ਕੰਮ ਦੇਖਣ, ਜਿਹੜੇ ਸਰਕਾਰ ਦਾ ਕੰਮ ਦੇਖ ਰਹੇ ਨੇ ਲੋਕ, ਜਿਹੜੀ ਹੱਡ ਬੀਤੀ ਇਹਨਾਂ 'ਤੇ ਬੀਤ ਰਹੀ ਆ, ਉਹ ਲੋਕਾਂ ਨੇ ਸਾਫ਼ ਅਤੇ ਸਪਸ਼ਟ ਸ਼ਬਦਾਂ ਦੇ ਵਿੱਚ ਸਰਕਾਰ ਨੂੰ ਜਿਹੜਾ ਉਹ ਜਿਹੜਾ ਅਲਟੀਮੇਟਮ ਆ ਇੱਕ ਦੇ ਦਿੱਤਾ ਗਾ। ਅੱਗੇ ਫਿਰ ਹਾਜ਼ਰ ਹੋਵਾਂਗੇ ਜ਼ੀਰੇ ਮੋਰਚੇ ਤੋਂ ਹਰ ਇੱਕ ਰਿਪੋਰਟ ਲੈ ਕੇ। ਤੁਸੀਂ ਆਪਣਾ ਸਮਾਂ ਦਿੱਤਾ ਜੀ, ਧੰਨਵਾਦ।